ਇੱਕ ਹੋਰ ਹੈ ਡਾਕਟਰ ਸੁਵਾਰ ਸਿੰਘ ਜੀ ਮਤਲਬ ਕਈ ਅਸੀਂ ਖਬਰਾਂ ਦੇਖਦੇ ਰਹਿੰਦੇ ਆ ਅਖਬਾਰ ਨਾਲ ਜੁੜੇ ਹੋਏ ਆ ਉਹਦੇ ਵਿੱਚ ਅਕਸਰ ਹੀ ਖਬਰਾਂ ਆਉਂਦੀਆਂ ਨੇ ਕਾਰ ਚੋਰੀ ਦੀਆਂ ਜਾਂ ਹੋਰ ਚੋਰੀਆਂ ਉਹਦੇ ਵਿੱਚ ਜਦੋਂ ਮੈਕਸਿਮਮ ਫੜੇ ਜਾਂਦੇ ਆ ਪੰਜਾਬੀ ਫੜੇ ਜਾਂਦੇ ਆ ਤੇ ਇਸ ਤਰ੍ਹਾਂ ਦਾ ਤੇ ਹਾਲਾਤ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੇ ਹੋ ਚੁੱਕੇ ਨੇ ਹਾਂ ਜੀ ਤੁਸੀਂ ਮੈਂ ਕਹਣਾ ਨੇ ਜੀ ਚਲੋ ਜੇ ਐਸੀ ਤੈਨੂੰ ਕਿ ਸਾਰੇ ਕਰਦੇ ਤਾਂ ਫਿਰ ਸਾਰਿਆਂ ਦਾ ਸਾਡਾ ਹਿੱਸਾ ਉਹਨਾਂ 'ਤੇ ਆਉਣਾ ਚਾਹੀਦਾ ਨੇ ਜੀ ਸਾਡੇ ਉੱਤੇ 2% ਵੱਧਦੀ ਐ ਚਲੋ 2 ਨੇ 3 4 ਹੋ ਗਏ ਪਰ ਇਹ ਤਾਂ ਨਹੀਂ ਮੇ ਜੀ 90% 100% ਕ੍ਰਾਈਮ 'ਚ ਅਸੀਂ ਜਾ ਕੇ ਉਹ ਸਾਡੀ ਪ੍ਰਤੀਨਿਧਤਾ ਹੋਵੇ ਕੁਝ ਕੁਝ ਤਾਂ ਗੜਬੜ ਹੋ ਰਹੀ ਐ ਹੈ ਨਾ ਤੋ ਇਹ ਜਿਹੜੀ ਚੀਜ਼ ਹੈਗੀ ਕਿ ਅਸੀਂ ਜਿਹੜਾ ਇਹ ਇਹ ਸਾਨੂੰ ਸਮਝਣਾ ਪੈਗਾ ਜੀ ਜੀ ਕਿ ਮਤਲਬ ਜਿਹੜਾ ਅਸੀਂ ਇਹ ਵੀ ਪਹਿਲਾਂ ਕੋਈ ਕੋਈ ਬੰਦੇ ਨੂੰ ਕੋਈ ਸਮੱਸਿਆ ਹੈਗੀ ਹੈ ਜਿੱਥੇ ਇੱਕ ਮੈਂ ਚਲੋ ਡਾਕਟਰ ਵੀ ਜੇ ਤੁਹਾਨੂੰ ਇਲਾਜ ਤੁਸੀ ਕਰਾਣਾ ਹੈਗਾ ਹੂੰ ਹੂੰ ਤਾਂ ਸਭ ਤੋਂ ਪਹਿਲਾਂ ਮਰਜ਼ੀ ਤਾਂ ਲੱਭਣੀ ਪਈ ਜੇ ਜੇ ਬੰਦਾ ਕਹੇ ਮੈਂ ਤਾਂ ਹੈ ਹੀ ਕੁਛ ਨਹੀਂ ਮੈਂ ਤਾਂ ਠੀਕ ਠਾਕ ਉਹਦਾ ਤਾਂ ਕਦੇ ਇਲਾਜ ਹੋ ਹੀ ਨਹੀਂ ਸਕਦਾ ਘਟੋ ਘਟ ਸਵਰਾਜ ਸਿੰਘ ਦੱਸ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਤੇ ਜਦੋਂ ਅਸੀਂ ਵਿਦੇਸ਼ਾਂ ਵਿੱਚ ਵੀ ਜਾਂਦੇ ਆ ਉੱਥੇ ਸਾਡਾ ਜਿਹੜਾ ਮੈਂਟਲੀ ਲੈਵਲ ਹੈ ਉਹ ਮਾਨਸਿਕ ਤੌਰ ਤੇ ਅਸੀਂ ਬਹੁਤ ਜ਼ਿਆਦਾ ਹੇਠਲੇ ਪੱਧਰ ਵੱਲ ਜਾ ਰਹੇ ਹਾਂ ਤੇ ਇੱਕ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਸੀਗਾ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਹੁਣ ਪੰਜਾਬੀ ਉਹ ਮੜਕ ਭੁੱਲਦੇ ਜਾ ਰਹੇ ਨੇ ਤੇ ਜੇਕਰ ਉਹਨਾਂ ਨੂੰ ਐਡਜਸਟ ਕਰਨਾ ਪੈਂਦਾ ਵਿਦੇਸ਼ਾਂ ਦੇ ਵਿੱਚ ਵਿੱਚ ਜਾ ਕੇ ਵੀ ਅਸੀਂ ਹੇਠਲੀ ਸ੍ਰੇਣੀ ਦੇ ਵਿੱਚ ਆਸ ਰਹੇ ਹਾਂ ਉਹਦਾ ਪ੍ਰੋਸੈਸ ਦੇ ਵਿੱਚ ਉਸ ਪ੍ਰਕਿਰਿਆ ਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਵੀ ਅਸੀਂ ਦੂਜੀ ਸ਼੍ਰੇਣੀ 'ਚ ਹੇਠਲੀ ਸ਼੍ਰੇਣੀ ਵੱਲ ਵਧ ਰਹੇ ਆ ਇਹ ਗੱਲਬਾਤ ਜਾਰੀ ਰਹੂਗੀ ਡਾਕਟਰ ਸਵਰਾਜ ਸਿੰਘ ਜੀ ਨਾਲ ਗੱਲਬਾਤ ਚੱਲ ਰਹੀ ਹੈ ਕਿ ਪੰਜਾਬੀ ਜਿਹੜੇ ਹੈਗੇ ਆ ਹੇਠਲੀ ਸ਼੍ਰੇਣੀ ਵੱਲ ਵਧ ਰਹੇ ਨੇ ਤੇ ਹੇਠਲੀ ਸ਼੍ਰੇਣੀ ਦੇ ਵਿੱਚ ਜਿਹੜੀ-ਜਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਜਿਹੜੇ-ਜਿਹੜੇ ਮਾੜੇ ਕੰਮ ਹੁੰਦੇ ਨੇ ਉਸ ਦੀਆਂ ਨਿਸ਼ਾਨੀਆਂ ਪੰਜਾਬੀਆਂ ਦੇ ਵਿੱਚ ਨਜ਼ਰ ਆਉਣ ਵਾਲੱਕ ਪਿਆ ਨਹੀਂ ਚਾਹੇ ਉਹ ਕੈਨੇਡਾ ਵਿੱਚ ਵਸਦੇ ਹੋਣ ਅਮਰੀਕਾ ਵਿੱਚ ਵਸਦੇ ਹੋਣ ਕਿਤੇ ਵੀ ਵਸਦੇ ਹੋਣ ਜਾਂ ਪੰਜਾਬ ਦੇ ਵਿੱਚ ਹੀ ਵਸਦੇ ਹੋਣ ਤੇ ਅਕਸਰ ਹੀ ਅਸੀਂ ਜਦੋਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਤਾਂ ਉਹ ਬৌਧਿਕ ਅੰਗਾਲੀ ਦੀ ਵੀ ਗੱਲ ਕਰਦੇ ਹੁੰਦੇ ਆ ਇਹ ਡਾਕਟਰ ਸਾਹਿਬ ਇਹ ਜੋ ਕੁਝ ਵੀ ਪ੍ਰਕਿਰਿਆ ਚੱਲ ਰਹੀ ਹੈ ਸਾਡਾ ਸਮਾਜ ਜਿਹੜਾ ਪੰਜਾਬੀ ਸਮਾਜ ਹੈ ਲਗਾਤਾਰ ਹੇਠਲੇ ਪੱਧਰ ਵੱਲ ਜਾ ਰਿਹਾ ਹੈ ਉਹਦਾ ਇੱਕ ਉਹਦਾ ਇੱਕ ਇਹ ਵੀ ਕਾਰਨ ਹੈ ਕਿ ਜਿਹੜੀ ਬৌਧਿਕ ਅੰਗਾਲੀ ਹੈ ਉਸ ਕਰਕੇ ਵੀ ਹੋ ਰਿਹਾ ਹੈ ਇਹ ਤਾਂ ਤੁਸੀਂ ਬਹੁਤ ਹੀ ਵਧੀਆ ਗੱਲ ਕਿਤੇ ਜੀ ਬਹੁਤ ਤੁਹਾਡੇ ਇਹ ਗੱਲ 'ਚ ਬਹੁਤ दम ਹੈ ਜੀ ਅਸਲ ਦੇ ਵਿੱਚ ਜਿਹੜੀ ਬੌਧਿਕ ਜਿਹੜੀ ਜਮਾਤ ਹੈ ਬੌਧਿਕ ਬੁੱਧ ਜਿਵੇਂ ਵਰਗ ਹੈ ਜਿਹੜਾ ਉਹਦੇ ਤੇ ਸਭ ਤੋਂ ਵੱਡੇ ਜ਼ਿੰਮੇਵਾਰੀ ਆਉਂਦੀ ਹੈ ਜੀ ਕਿ ਉਹਨੇ ਮਤਲਬ ਇਹ ਚੀਜ਼ਾਂ ਦਾ ਜਿਹੜਾ ਜਿਹੜਾ ਅਨਾਲਿਸਿਸ ਕਰਨਾ ਕਿ ਕਿਦਨ ਨੂੰ ਰੁਝਾਨ ਬਣ ਰਹੇ ਨੇ ਕੀ ਹੋ ਰਿਹਾ ਹੈ ਉਹਨਾਂ ਨੇ ਬਿਲਕੁਲ ਨਹੀਂ ਕੀਤਾ ਕਿਉਂਕਿ ਜਿਹੜਾ ਪਹਿਲਾਂ ਜਿਹੜਾ ਹਰੇ ਇਨਕਲਾਬ ਉਸ ਵੇਲੇ ਇੱਕ ਪ੍ਰਚਾਰ ਕੀਤਾ ਗਿਆ ਕਿ ਪੰਜਾਬ ਦਾ ਬਹੁਤ ਫਾਇਦਾ ਹੋਏਗਾ ਹੂੰ ਹੂੰ ਉਦੋਂ ਵੀ ਸਾਡਾ ਬੁੱਧਜੀਵੀ ਵਰਗ ਉਹਦੇ ਲੋਕਾਂ ਨੂੰ ਸੱਚ ਦੇ ਸਿਧਾਂਤ ਚ ਕਾਮਯਾਬ ਨਹੀਂ ਹੋਇਆ ਸਫਲ ਨਹੀਂ ਹੋਇਆ ਕਿ ਇਹ ਜਿਹੜਾ ਇਹ ਹਰਾ ਇਨਕਲਾਬ ਨੇ ਫਾਇਦਾ ਨਹੀਂ ਕਰਨਾ ਲੰਬੇ ਸਮੇਂ ਚ ਇਹਨੇ ਬਹੁਤ ਨੁਕਸਾਨ ਕਰਨਾ ਹੈ ਹੁਣ ਅੱਜ ਇਹ ਬਿਲਕੁਲ ਸਥਿਤੀ ਸਪਸ਼ਟ ਹੋ ਗਈ ਹੈ ਜੀ ਹਰੇ ਇਨਕਲਾਬ ਨੇ ਪੰਜਾਬ ਦਾ ਫਾਇਦਾ ਘੱਟ ਕੀਤਾ ਨੁਕਸਾਨ ਜ਼ਿਆਦਾ ਕੀਤਾ ਠੀਕ ਹੈ ਬਿਲਕੁਲ ਉਹੀ ਗੱਲ ਬੁੱਧਜੀਵੀ ਵਰਗ ਨੇ ਪ੍ਰਵਾਸ ਬਾਰੇ ਨਹੀਂ ਕੀਤੀ ਕਿ ਪ੍ਰਵਾਸ ਜਦੋਂ ਇਡੇ ਵੱਡੇ ਪੱਧਰ ਤੇ ਹੋਣ ਲੱਗ ਗਿਆ ਜੀ ਤਾਂ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਦੱਸ ਦੇ ਕਿ ਖਤਰਨਾਕ ਰੁਝਾਨ ਹੈ ਇਹਦੇ ਨਾਲ ਪੰਜਾਬ ਉਜਾੜੇ ਵੱਲ ਔਰ ਬਰਬਾਦ ਹੋਣ ਜਾ ਰਿਹਾ ਹੂੰ ਹੁਣ ਜਦੋਂ ਗੱਲ ਸਪਸ਼ਟੇ ਹੋਣ ਲੱਗ ਗਈ ਹੂੰ ਹੁਣ ਮਤਲਬ ਉਦੋਂ ਦਾ ਹੁਣ ਆਮ ਬੰਦਾ ਸਮਝਣ ਲੱਗ ਗਿਆ ਹੁਣ ਬੁੱਧ ਜੀ ਵੀ ਬੋਲਣ ਤਾਂ ਹੁਣ ਤਾਂ ਉਹ ਕੀ ਮਤਲਬ ਅਬ ਪਛਤਾਵਾਤ ਕਿ ਆਹ ਹੋਵੇ ਚਿੜੀਆਂ ਚੁਗ ਗਈ ਖੇਤ ਮਤਲਬ ਤੁਹਾਡਾ ਤਾਂ ਫਰਜ਼ ਸੀਗਾ ਕਿ ਪਹਿਲਾਂ ਦੱਸ ਦੇ ਕਿ ਆਹ ਹੋਣ ਵਾਲਾ ਹੈ ਲੋਕਾਂ ਨੂੰ ਚੇਤਨਨ ਕਰ ਦੇ ਹੁਣ ਤਾਂ ਬਹੁਤ ਮੁਸ਼ਕਲ ਹੈ ਕਿ ਆਪਾਂ ਇਹਨਾਂ ਨੂੰ ਜਿਹੜੇ ਪ੍ਰਵਾਸ ਔਰ ਆਵਾਸ ਦੇ ਰੁਝਾਨਾਂ ਨੂੰ ਨੱਥ ਪਾ ਸਕੀਏ ਕੁਝ ਕਰ ਸਕੀਏ ਹਾਂਜੀ ਹੁਣ ਤਾਂ ਡੈਮੇਜ ਹੋ ਗਿਆ ਬਹੁਤ ਜ਼ਿਆਦਾ ਚਲੋ ਫਿਰ ਵੀ ਐਸ ਵੇਲੇ ਵੀ ਜਾਗ ਪੈਣ ਤੱਕ ਫਿਰ ਵੀ ਸ਼ਾਇਦ ਅਸੀਂ ਕੁਝ ਹੀ ਬਚਾ ਸਕੀਏ ਤੁਸੀਂ ਦੇਖੋ ਨਾ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੋਇਆ ਹਮ ਕਿ 1849 ਦੇ ਵਿੱਚ ਹਮ ਸਾਰੀ ਦੁਨੀਆ ਨਾਲੋਂ ਸਭ ਤੋਂ ਅਮੀਰ ਔਰ ਖੁਸ਼ਹਾਲ ਖਿੱਤਾ ਪੰਜਾਬ ਸੀਗਾ ਇਹਦੀ ਕਿਸੇ ਵੀ ਇਸ ਕੱਲ ਦੇ ਜਿਹੜੀ ਵੈਰੀਫਿਕੇਸ਼ਨ ਹੈ ਇਹਦੀ ਪੁਸ਼ਟੀ ਹੋ ਜਾਂਦੀ ਹੈ ਇਹ ਅੰਕੜੇ ਨੇ ਸਾਡੇ ਕੋਲ ਕਿ ਪੰਜਾਬ ਦੇ ਖਜ਼ਾਨੇ 'ਚ ਕਿੰਨਾ ਪੈਸਾ ਸੀਗਾ ਪੰਜਾਬ ਦੇ ਤੋਸ਼ੇਖਾਨੇ 'ਚ ਕਿੰਨੇ ਹੀਰੇ ਜਵਾਹਰ ਆ ਰਾਜ ਸੀਗੇ ਇਹ ਮਤਲਬ ਇਹ ਦਾਵਾ ਕਿ ਪੰਜਾਬ ਜਿਹੜਾ ਇਹ ਸਾਰਿਆਂ ਤੋਂ ਅਮੀਰ ਸੀ ਇਹਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਜੀ ਜੀ ਅੱਛਾ ਫਿਰ ਆਪਾਂ ਆ ਜੰਨੇ ਆ ਬਾਅਦ ਕਿ 1947 ਤੋਂ ਬਾਅਦ ਹਮ ਅਜਾਦ ਭਾਰਤ ਜੋ ਹੋਇਆ ਕਿ ਪੰਜਾਬ ਜਿਹੜਾ ਹਮੇਸ਼ਾ ਹਮ ਜਿਹਨੂੰ ਆਪਾਂ ਪਰ ਕੈਪੀਟਲ ਇਨਕਮ ਕਹਿੰਦੇ ਆ ਜੀ ਪ੍ਰਤੀ ਜਿਹੜੀ ਆਮਦਨ ਹੈ ਹਮ ਉਹਦੇ ਚ ਸਭ ਤੋਂ ਨੰਬਰ 1 ਤੇ ਰਿਹਾ ਜੀ ਅੱਜ ਹਾਲਾਤ ਇਹ ਹੋ ਚੁੱਕੇ ਹਨ ਹਮ ਕਿ ਪੰਜਾਬ ਮਤਲਬ ਪਹਿਲੇ ਨੰਬਰ ਤੱਕ ਕੀ ਜਿਹੜੀ ਭਾਰਤ ਦੀ ਐਵਰੇਜ ਹੈ ਔਸਤ ਹੈ ਉਹਦੇ ਨਾਲੋਂ ਵੀ ਪਿੱਛੇ ਰਹਿ ਗਿਆ ਹੂੰ ਹੂੰ ਤੋ ਮਤਲਬ ਅਸੀਂ ਜਿਹੜਾ ਕੋਈ ਸਾਨੂੰ ਚੰਗਾ ਨਹੀਂ ਲੱਗਦਾ ਕਿ ਅਸੀਂ ਇਹ ਕਹੀਏ ਕਿ ਪੰਜਾਬੀ ਜਿਹੜੇ ਨੇ ਮਤਲਬ ਜਿਹੜੇ ਪੰਜਾਬ ਪਛੜ ਰਿਹਾ ਸਾਨੂੰ ਦੁੱਖ ਹੁੰਦਾ ਹੂੰ ਹੂੰ ਲੇਕਿਨ ਇੱਕ ਤੋਂ ਮਤਲਬ ਫਿਰ ਵੀ ਸਾਡਾ ਫਰਜ਼ ਹੈ ਚਾਹੇ ਗੱਲ ਚੰਗੀ ਹੋ ਰਹੀ ਹੈ ਚਾਹੇ ਮਾੜੀ ਹੋ ਰਹੀ ਹੈ ਪਰ ਸਾਡਾ ਦਾ ਫਰਜ਼ ਹੈ ਵੀ ਸੱਚ ਚਾਹੇ ਕੌੜਾ ਚਾਹੇ ਮਿੱਠਾ ਜਿੱਦਾਂ ਦਾ ਸੱਚ ਅਸੀਂ ਸਾਹਮਣੇ ਲਿਆਈਏ ਇਹ ਬੁੱਧ ਜੀ ਵੀ ਸਾਡਾ ਵਿਦਵਾਨ ਹੋਣ ਦਾ ਜਾਂ ਬੁੱਧ ਜੀ ਵੀ ਜਾਂ ਆਲੋਚਕ ਹੋਣ ਦਾ ਇਹ ਫਰਜ਼ ਬਣਦਾ ਹੈ ਸਾਡਾ ਜਿਹੜਾ ਅਸੀਂ ਨਹੀਂ ਨਭਾਇਆ ਹੁਣ ਵੀ ਸਾਡੇ ਅਸੀਂ ਮਤਲਬ ਪੂਰਾ ਸੱਚ ਸਾਹਮਣੇ ਲਿਆਉਣ ਨੂੰ ਤਿਆਰ ਨਹੀਂ ਜੀ ਜੀ ਮੁੱਖ ਕਾਰਨ ਜੋ ਪੰਜਾਬੀਆਂ ਦਾ ਜੋ ਦੁਰਦਸ਼ਾ ਹੋ ਰਹੀ ਹੈ ਉਹ ਪ੍ਰਵਾਸ ਨੇ ਕੀਤਾ ਹੈ ਜੀ ਹਾਂ ਆਪਾਂ ਇਸ ਸਚਾਈ ਨੂੰ ਹਾਲੇ ਵੀ ਮੰਨਣ ਨੂੰ ਤਿਆਰ ਨਹੀਂ ਜੀ ਜੀ ਜਿਵੇਂ ਤੁਸੀਂ ਕਿਹਾ ਹਾਂ ਕਿ ਤੁਸੀਂ ਕਹਿੰਦੇ ਜੀ ਕਿ ਮਤਲਬ ਜਿਹੜੇ ਗੈਰ ਪੰਜਾਬੀ ਤਾਂ ਆ ਕੇ ਇੱਥੇ ਬੜਾ ਵਧੀਆ ਸੈਟਲ ਹੋ ਰਹੇ ਨੇ ਵਧੀਆ ਕਮਾ ਰਹੇ ਨੇ ਤੇ ਅਸੀਂ ਕਹਿੰਦੇ ਕਿ ਸਾਰੇ ਪੰਜਾਬੀ ਤਾਂ ਜਾ ਰਹੇ ਨੇ ਕਿਥੇ ਰੁਜ਼ਗਾਰ ਦਾ ਕੋਈ ਮੌਕਾ ਹੀ ਨਹੀਂ ਠੀਕ ਹੈ ਕਿ ਅਸੀਂ ਇਹ ਪ੍ਰਚਾਰ ਕਰ ਰਹੇ ਹਾਂ ਕਿ ਰੁਜ਼ਗਾਰ ਦਾ ਮੌਕਾ ਨਹੀਂ ਤੇ ਭਾਈ ਇਹ ਕਿਹ ਲੈਣ ਆਏ ਨੇ ਗੈਰ ਪੰਜਾਬੀ ਇੱਥੇ ਆਏ ਕਿਉਂ ਠੀਕ ਹੈ ਧੜਾ ਤਾੜਾ ਆ ਰਹੇ ਨੇ ਠੀਕ ਹੈ ਕੋਈ ਤਾਂ ਹੈ